ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਆਪਣੇ ਪਿੰਡ ਪਹੁੰਚੇ, ਜਿੱਥੇ ਉਹਨਾਂ ਪਿੰਡ ਵਾਸੀਆਂ ਦੇ ਨਾਲ ਨਾਲ ਆਪਣੀ ਮਾਂ ਹਰਪਾਲ ਕੌਰ ਦੇ ਚਰਨ ਛੋਹ ਕੇ ਆਸ਼ੀਰਵਾਦ ਲਿਆ, ਜਿਸ ਤੋਂ ਬਾਅਦ ਭਗਵੰਤ ਮਾਨ ਆਪਣੀ ਮਾਂ ਦੇ ਗਲੇ ਮਿਲੇ ਅਤੇ ਭਾਵੁਕ ਹੋ ਗਏ। ਮਾਂ ਵੱਲੋਂ ਵੀ ਮਾਂ ਨੂੰ ਦੁਬਾਰਾ ਫਿਰ ਮੁੜ ਤੋਂ ਲੋਕ ਸਭਾ ਮੈਂਬਰ ਬਣਨ ਉੱਤੇ ਮੁਬਾਰਕਾਂ ਦਿੱਤੀਆਂ ਗਈਆਂ, ਜਿਸ ਦੀਆਂ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ। ਆ ਜਾ ਭਾਈ ਆ ਜਾ।
ਉਹਨਾਂ ਤੋਂ ਵੱਡਾ ਨਹੀਂ ਹੋ ਸਕਦਾ ਬੰਦਾ ਜਿੰਨਾ ਮਰਜ਼ੀ ਚਲਾ ਜਾਵੇ ਉਹਦਾ। ਸੋ ਅੱਜ ਮੈਂ ਆਪਣੀ ਮਾਂ ਨੂੰ, ਮੈਂ ਆਪਣੀ ਭੈਣ ਨੂੰ ਇੱਥੇ ਮਿਲਿਆ, ਮੈਂ ਪੈਰੀਆਂ ਹੱਥ ਲਾ ਕੇ ਆਸ਼ੀਰਵਾਦ ਲਿਆ। ਬੇਬੇ ਨੇ ਵੀ ਬਹੁਤ ਮਿਹਨਤ ਕੀਤੀ, ਭੈਣ ਨੇ ਵੀ ਬਹੁਤ ਮਿਹਨਤ ਕੀਤੀ ਛੁੱਟੀਆਂ ਲੈ ਕੇ ਆਪਣਾ ਕੰਮ ਛੱਡ ਕੇ, ਅਤੇ ਤੁਸੀਂ ਜਿੰਨੀ ਮਿਹਨਤ ਤੁਸੀਂ ਕੀਤੀ ਸ਼ਾਇਦ ਮੇਰੀ ਮਿਹਨਤ ਉਹਦੇ ਮੁਕਾਬਲੇ ਕੁਛ ਵੀ ਨਹੀਂ ਹੈਗੀ। ਕਿਉਂਕਿ ਮੈਂ ਤਾਂ ਰੈਲੀ ਕਰਕੇ ਚਲਾ ਜਾਂਦਾ ਸੀ, ਬਾਅਦ 'ਚ ਉਹਨਾਂ ਵੋਟਾਂ ਨੂੰ ਸੰਭਾਲਣ ਦੀ, ਉਹਨਾਂ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਸੀ, ਜਿਹੜੀ ਕਿ ਤੁਸੀਂ ਮੈਂ ਇਸ ਕਮਾਲ ਦੇ ਤਰੀਕੇ ਨਾਲ ਨਿਭਾਈ ਹੈ। ਮੇਰੇ ਕੋਲ ਸ਼ਬਦ ਨਹੀਂ ਹੈਗੇ ਤੁਹਾਡਾ ਪਿਆਰ ਨੂੰ, ਤੁਹਾਡਾ ਧੰਨਵਾਦ ਕਰਨ ਲਈ। ਸੋ ਵੀਰੋ ਹੁਣ ਇੱਥੇ ਤੁਸੀਂ, ਮੈਂ ਕਿਉਂਕਿ DC ਸਾਹਿਬ ਕੋਲ ਜਾਣਾ, ਮੈਨੂੰ ਸਰਟੀਫਿਕੇਟ ਮਿਲਣਾ, ਉਹ ਹੁਣ ਹਜੇ ਉੱਥੇ ਧੂਰੀ ਖਤਮ ਹੋਇਆ ਉਹ, ਸੋ ਮੈਨੂੰ ਉਹਨਾਂ ਨੇ ਬੁਲਾਇਆ। ਤੁਸੀਂ ਆਹ ਤੁਹਾਡੇ ਵਾਸਤੇ DJ ਹੈ, ਪਾਣੀ ਦਾ ਪ੍ਰਬੰਧ ਹੈ, ਚਾਹੇ ਸਾਰੀ ਰਾਤ ਨੱਚੀ ਜਾਓ, ਸਾਰੀ ਰਾਤ ਮਿੱਤਰਾਂ ਦੀ ਹੈ। ਸੋ ਵੀਰੋ ਹੁਣ ਸ਼ੁਰੂਆਤ ਹੋਊਗੀ, ਹੁਣ ਸ਼ੁਰੂਆਤ ਹੋਊਗੀ ਅਸਲੀ ਪੰਜਾਬ ਦੀ, ਹੁਣ ਸ਼ੁਰੂਆਤ ਹੋਊਗੀ। ਹੁਣ ਕੱਲਾ ਮੈਨੂੰ ਬੋਲਣ ਦੀ ਲੋੜ ਨਹੀਂ, ਹੁਣ ਤੁਸੀਂ ਬੋਲਣ ਲੱਗ ਪਏ, ਅਤੇ ਕੱਲ੍ਹ ਨੂੰ ਤਾਂ ਮੈਂ ਬਿੱਟੂ ਦਗਾਲ ਜਿਹੜਾ ਮੁੰਡਾ ਕਬੱਡੀ ਵਾਲਾ ਉਹਦਾ ਭੋਗ ਹੈ, ਕੱਲ੍ਹ ਨੂੰ ਮੈਂ ਉੱਥੇ ਜਾਊਂਗਾ, ਅਤੇ ਕੱਲ੍ਹ ਦਾ ਦਿਨ ਆਪਾਂ ਕੋਈ ਫੰਕਸ਼ਨ ਨਹੀਂ ਕਰਨਾ। ਬਹੁਤ ਵੱਡਾ ਪਲੇਅਰ ਸੀਗਾ ਉਹ, ਦੁਨੀਆਂ 'ਤੇ ਨਹੀਂ ਰਿਹਾ, ਅਤੇ ਪਰਸੋਂ ਨੂੰ ਫਿਰ ਮੈਂ ਰੂਟ ਬਣਾ ਕੇ ਤੁਹਾਨੂੰ ਦੱਸੂੰਗਾ। ਜਿਹੜਾ ਸਰਟੀਫਿਕੇਟ ਹੈ ਉਹ ਮੈਂ ਸਿੱਧਾ ਜਾ ਕੇ ਖਟਖੜ ਕਲਾਂ ਭਗਤ ਸਿੰਘ ਹੋਰਾਂ ਦੇ ਪੈਰਾਂ 'ਚ ਧਰ ਦੇਣਾ। ਕਿਆ ਲਓ ਜੀ, ਇੱਕ ਮਿੰਟ ਲਈ ਅਮਨ ਤੁਹਾਡੇ ਨਾਲ ਗੱਲ। ਆਮ ਆਦਮੀ ਪਾਰਟੀ, ਭਗਵੰਤ ਮਾਨ, ਸੰਗਰੂਰ ਤੇ ਸਟਾਲ ਦਾ ਆਮ ਆਦਮੀ। ਸਾਥੀਓ ਬਹੁਤ ਬਹੁਤ ਧੰਨਵਾਦ ਤੁਹਾਡਾ, ਜਿਸ ਜੋਸ਼ ਦੇ ਨਾਲ ਤੁਸੀਂ ਪਹਿਲੇ ਦਿਨੋਂ ਇਹ ਕੰਪੇਨ ਨੂੰ, ਇਸ ਚੋਣ ਨੂੰ, ਇਸ ਲੜਾਈ ਨੂੰ, ਮਾਨ ਸਾਹਿਬ ਦੀ ਆਪਦੀ ਲੜਾਈ ਲੜ ਕੇ ਜਿਸ ਤਰੀਕੇ ਲੜਿਆ, ਸਜਦਾ ਕਰਨ ਨੂੰ ਦਿਲ ਕਰਦੇ ਤੁਹਾਡੇ ਉਸ ਜਜ਼ਬੇ ਨੂੰ। ਸੋ ਮੈਂ ਸਮਝਦਾ ਜਿਵੇਂ ਮਾਨ ਸਾਹਿਬ ਨੇ ਕਿਹਾ, ਕਹਿਣ ਨੂੰ ਰਹਿ ਕੁਛ ਨਹੀਂ ਗਿਆ। ਹੁਣ ਨਵੇਂ ਸਿਰੇ ਤੋਂ ਜਿਵੇਂ ਮਾਨ ਸਾਹਿਬ ਨੇ ਕਿਹਾ, ਨਵੇਂ ਪੰਜਾਬ ਦੀ ਜਾਗ ਜਿਹੜੀ ਤੁਸੀਂ ਸੰਗਰੂਰ ਵਾਲਿਆਂ ਨੇ ਆਪਾਂ ਰਲ ਕੇ ਲਾਈ ਹੈ, ਇਹ ਜਾਗ ਪੂਰੇ ਪੰਜਾਬ ਦੇ ਵਿੱਚ 2022 ਦੇ ਵਿੱਚ ਲਾ ਦੇਣੀ ਹੈ, ਤੇ ਆਉਣ ਵਾਲਾ ਮੁੱਖ ਮੰਤਰੀ ਤੁਹਾਡੇ ਪਿੰਡ ਦਾ ਹੋਊਗਾ, ਭਗਵੰਤ ਮਾਨ। ਵੀਰੋ ਹੁਣ ਨਜ਼ਾਰਾ ਆਊਗਾ, ਹਰਸਿਮਰਤ ਕੌਰ ਤੇ ਸੁਖਬੀਰ ਵੀ ਉੱਥੇ ਨੇ, ਹੁਣ ਨਜ਼ਾਰਾ ਆਊਗਾ, ਦੇਖ ਲਈ ਆਓ ਹੁਣ ਤੁਸੀਂ। ਤੁਹਾਡੀ ਵੋਟ ਹਰ ਇਕੱਲੇ ਇਕੱਲੀ ਵੋਟ ਦਾ, ਇਕੱਲੇ ਇਕੱਲੇ ਚੱਲੇ ਹੋਏ ਕਦਮ ਦਾ, ਪਾਰਲੀਮੈਂਟ ਦੇ ਭਾਸ਼ਣਾਂ ਰਾਹੀਂ ਮੁੱਲ ਮੋੜੂਗਾ।
दस दी कि 2014 च भी भगवंत मान ने वड्डी लीड नाल जित प्राप्त कीती सी, जिस उत्ते फिर संगरूर दे लोकां ने भरोसा जताया ते वड्डी जित दित्ती है। संगरूर तो अनिल जैन दी रिपोर्ट, D5 चैनल पंजाबी।